ਰੋਂਦੀਆਂ ਕੁਰਲਾਉਂਦੀਆਂ ਸ਼ਹੀਦ ਦੀਆਂ ਭੈਣਾਂ ਨੇ ਸਲਿਊਟ ਕਰਕੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ। CRPF ਦੀ 32ਵੀਂ ਬਟਾਲੀਅਨ ਦੇ ASI ਸ਼ਿੰਗਾਰਾ ਸਿੰਘ ਦਾ ਫੌਜੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਸਤਿਕਾਰਯੋਗ ਸਰਦਾਰ ਸ਼ਿੰਗਾਰਾ ਸਿੰਘ, ਮੇਰੇ ਪਿਤਾ ਜੀ ਸੀ। 20 ਤਰੀਕ ਮੈਂ ਆਪਣੇ ਸਟੇਸ਼ਨ 'ਤੇ ਛੱਡ ਕੇ ਆਇਆ ਉਹਨਾਂ ਨੂੰ। 25 ਤਰੀਕ ਸਾਨੂੰ ਸ਼ਾਮ ਨੂੰ ਕੋਲ ਆਈ ਹੈ ਕਿ ਉਹ ਸਾਡੀ ਦੁਨੀਆ 'ਚ ਨਹੀਂ ਰਹੇ। ਪਿਤਾ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ, ਪਰ ਜਿਸ ਸਨਮਾਨ ਨਾਲ ਉਹ ਆਏ ਆ ਉਸ ਚੀਜ਼ 'ਤੇ ਮਾਣ ਵੀ ਹੈ, ਗਰਵ ਵੀ ਹੈ ਕਿ ਮੇਰੇ ਪਿਤਾ ਜੀ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਆਜ CRPF ਕੇ 32 ਬਟਾਲੀਅਨ ਕੇ ASI ਸ਼ਿੰਗਾਰਾ ਸਿੰਘ ਜੋ ਇੰਫਾਲ ਮੇਂ ਮਿਆਂਮਾਰ ਬਾਰਡਰ ਪੇ ਤੈਨਾਤ ਥੇ ਔਰ ਆਪਣੀ ਡਿਊਟੀ ਕੋ ਤਨਦਹੀ ਸੇ ਨਿਭਾਤੇ ਹੋਏ ਉਹਨੇ ਹਿਰਦਾਘਾਤ ਹੁਆ ਔਰ ਵਹਾਂ ਉਨਕੀ ਸ਼ਹਾਦਤ ਹੋ ਗਈ। ਆਜ ਗਾਂਵ ਅਲੀ ਖਾਂ ਮੇਂ ਪੂਰੇ ਸੈਨਿਕ ਸਨਮਾਨ ਕੇ ਸਾਥ ਉਨਕਾ ਅੰਤਿਮ ਸੰਸਕਾਰ ਕਰ ਦਿਆ ਗਿਆ। ਪਰਿਵਾਰ ਮੇਂ ਦੁੱਖੋਂ ਕਾ ਪਹਾੜ ਟੂਟਾ ਹੈ ਕਿਉਂਕਿ ਇਹ ਪਰਿਵਾਰ ਕੇ ਸਹਾਰਾ ਥੇ, ਬਹੁਤ ਹੀ ਮਿਲਣਸਾਰ ਥੇ, ਡਿਊਟੀਫੁੱਲ ਥੇ, ਲੇਕਿਨ ਆਜ ਇਨਕੇ ਚਲੇ ਜਾਣੇ ਸੇ ਪੂਰਾ ਖੇਤਰ ਜੋ ਗਮਗੀਨ ਹੈ। ਕੱਲ੍ਹ ਸੇ ਕਿਸੇ ਘਰ ਮੇਂ ਚੂਲ੍ਹਾ ਨਹੀਂ ਜਲਾ ਕਿਉਂਕਿ ਕੁਛ ਦਿਨ ਪਹਿਲੇ ਸ਼ਿੰਗਾਰਾ ਸਿੰਘ ਛੁੱਟੀ ਕਾਟ ਕੇ ਗਏ ਥੇ। ਇਨਫੈਕਟ ਮੁਝੇ ਵੀ ਕੁਛ ਦਿਨ ਪਹਿਲੇ ਮਿਲੇ ਥੇ, ਹਾਲ ਚਾਲ ਮੈਨੇ ਪੁੱਛਿਆ ਤਾਂ ਬਿਲਕੁਲ ਠੀਕ ਹੈ, ਵਹਾਂ ਡਿਊਟੀ ਦੇ ਰਹਾ ਹੂੰ। ਸੋ ਹਮਾਰੇ ਵੀਰ ਸੈਨਿਕ ਕਿਨ ਕਠਿਨ ਹਾਲਾਤੋਂ ਮੈਂ ਆਪਣੀ ਡਿਊਟੀ ਦੇਤੇ ਹੈ, ਇਹ ਚੀਜ਼ ਕਿਸੇ ਸੇ ਵੀ ਛੁਪੀ ਨਹੀਂ ਹੈ। ਮੈਂ ਆਪਣੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਕੀ ਤਰਫ ਸੇ ਇਨਕੇ ਪਰਿਵਾਰ ਕੋ ਜੇ ਭਰੋਸਾ ਦਿਲਾਤਾ ਹੂੰ ਕਿ ਹਮ ਇਨਕਾ ਮਨੋਬਲ ਟੂਟਨੇ ਨਹੀਂ ਦੇਗੇ। ਜੇ ਸੰਸਥਾ ਚਟਾਨ ਕੀ ਤਰ੍ਹਾਂ ਇਨਕੇ ਸਾਥ ਖੜੀ ਹੈ ਔਰ ਦੇਸ਼ ਵਾਸੀਓ ਕੇ ਲਈ ਇੱਕ ਪ੍ਰਾਰਥਨਾ ਇਹ ਸੰਦੇਸ਼ ਹੈ ਕਿ ਇਹ ਵੋ ਵੀਰ ਸੈਨਿਕ ਸਰਹੱਦ ਪਰ ਜਾਗਤੇ ਹੈ ਤਭੀ ਦੇਸ਼ ਚੈਨ ਸੇ ਸੋਤਾ ਹੈ। ਸੋ ਇਨ ਹਾਲਾਤੋਂ ਮੇਂ ਜੇ ਡਿਊਟੀ ਦੇਤੇ ਹੋਏ ਆਪਣਾ ਬਲੀਦਾਨ ਦੇ ਜਾਤੇ ਹੈ, ਚਾਹੇ ਵੋ ਮੌਸਮ ਕੀ ਮਾਰ ਹੋ, ਚਾਹੇ ਕੋਈ ਵੀ ਹਾਲਾਤ ਹੋ, ਲੇਕਿਨ ਇਹ ਆਪਣੀ ਡਿਊਟੀ ਸੇ ਪੇਸ਼ੇ ਨਹੀਂ ਹਟਤੇ। ਸੋ ਮੈਂ ਇੱਕ ਵਾਰ ਫਿਰ ਇਨਕੇ ਬਲੀਦਾਨ ਕੋ ਨਮਨ ਕਰਤਾ ਹੂੰ, ਇਨਕੇ ਪਰਿਵਾਰ ਕੋ ਨਮਨ ਕਰਤਾ ਹੂੰ। ASI ਸੰਘਰਸ਼ ਸਿੰਘ ਜੋ CRPF ਤੇ ਬਹੁਤ ਹੋਣਹਾਰ ਜਵਾਨ ਸੀ ਅਤੇ ਉਸਨੇ ਆਪਣੀ ਡਿਊਟੀ ਦੇ ਦੌਰਾਨ ਸ਼ਹਾਦਤ ਪਾਈ ਹੈ ਅਤੇ CRPF ਉੱਤੋਂ ਦੀ ਯੂਨਿਟ ਨੂੰ ਇੱਕ ਬਹੁਤ ਵੱਡਾ ਘਾਟਾ ਹੋਇਆ, ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਹੈ। ਇਹ ਜੋ ਸ਼ਹੀਦ ਹੈ ਉਹ ਸਾਡੇ ਪਰਿਵਾਰ ਦਾ ਨਹੀਂ ਹੈ, ਇਹ ਪੂਰੇ ਸਾਡੇ ਸਟੇਟ ਦਾ ਹੈ, ਪੂਰੇ ਦੇਸ਼ ਦਾ ਹੈ ਅਤੇ ਇਹ ਤਾਂ ਸ਼ਹੀਦਾਂ 'ਤੇ ਸਾਡੇ ਦੇਸ਼ ਨੂੰ ਹਮੇਸ਼ਾ ਮਾਣ ਰਹੇਗਾ।